ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ। ਮਾਂ ਪੁੱਤ ਦੀ ਮੌਕੇ ਤੇ ਹੋਈ ਮੌਤ। ਹਾਦਸੇ ਚ ਇੱਕ ਵਿਅਕਤੀ ਗੰਭੀਰ ਜ਼ਖਮੀ। ਫਿਲੌਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਮੱਸਿਆ ਤੋਂ ਮੱਥਾ ਟੇਕ ਕੇ ਬਾਈਕ ਤੇ ਵਾਪਸ ਪਰਤ ਰਹੇ ਜੋੜੇ ਨੂੰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਪਤੀ ਪਤਨੀ ਤੇ ਉਹਨਾਂ ਦਾ 2 ਸਾਲਾ ਬੱਚਾ ਸੜਕ ਤੇ ਡਿੱਗ ਗਿਆ। ਹਾਦਸੇ 'ਚ ਔਰਤ ਅਤੇ ਉਸਦੇ 2 ਸਾਲਾ ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਗੰਭੀਰ ਰੂਪ 'ਚ ਜ਼ਖਮੀ ਹੈ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ 26 ਸਾਲਾ ਔਰਤ ਸੋਮਾ ਅਤੇ 2 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਬਾਈਕ ਸਵਾਰ ਵਿਅਕਤੀ ਦੀ ਪਹਿਚਾਣ ਵਿਨੋਦ ਕੁਮਾਰ ਵਜੋਂ ਹੋਈ ਹੈ। ਪਰਿਵਾਰ ਫਿਲੌਰ ਨੇੜੇ ਪਿੰਡ ਗੰਨਾ ਦਾ ਰਹਿਣ ਵਾਲਾ ਹੈ। ਇਸ ਮਾਮਲੇ 'ਚ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੀ ਘਟਨਾਕ੍ਰਮ ਵਾਪਰਿਆ ਜਿਹੜਾ ਇਹ ਐਕਸੀਡੈਂਟ ਹੋਇਆ? ਅਸੀਂ ਮੇਲਾ ਦੇਖ ਕੇ ਗੁੱਸਾ ਤੋਂ ਆਉਂਦੇ ਸੀ। ਅੱਛਾ ਜੀ। ਉਹ ਤੋਂ ਬਾਅਦ ਇਹ ਆਉਂਦੇ ਸੀ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ। ਬੈਕ ਸਾਈਡ ਮਾਰੀ ਉਹਨਾਂ ਨੇ। ਕਿਨੇ ਮਾਰੀ ਜੀ? ਟਰੱਕ ਆਏ ਨੇ। ਤੁਸੀਂ ਕਿੱਧਰੋਂ ਆ ਰਹੇ ਸੀ ਤਾਂ ਕਿੱਧਰ ਜਾ ਰਹੇ ਸੀਗੇ? ਅਸੀਂ ਕਿੰਨੇ ਪਿੰਡ ਨੂੰ ਜਾ ਰਹੇ ਸੀ। ਅੱਛਾ ਜੀ। ਇੱਧਰੋਂ ਆਉਂਦੇ ਸੀ ਮਕਾਨ ਤੋਂ ਕਰਾਉਣ ਨੂੰ। ਅੱਛਾ ਜੀ। ਸਰ, ਇੱਕ ਰੋਡ ਸਾਈਡ ਐਕਸੀਡੈਂਟ ਆਇਆ ਤੁਹਾਡੇ ਕੋਲ, ਸਰ ਕਿੰਨੇ ਪੇਸ਼ੈਂਟ ਅਤੇ ਕੀ ਕੰਡੀਸ਼ਨ? ਸਾਡੇ ਕੋਲ ਪਹਿਲਾਂ ਇੱਕ ਬੱਚਾ ਆਇਆ ਸੀ ਜੋ ਕਿ ਰੋਡ ਡੈਡੀ ਸੀ। ਉਸ ਤੋਂ ਬਾਅਦ ਇੱਕ ਪੁਲਿਸ ਵਾਲਾ ਮੁੰਡਾ ਤੇ ਲੇਡੀ ਟੋਟਲ 2 ਡੈਡ ਬੋਡੀ ਹੈ। ਸਰ ਕਿੱਥੇ ਦੇ ਰਹਿਣ ਵਾਲੇ, ਕੁਛ ਆਈਡੈਂਟੀਫਿਕੇਸ਼ਨ ਹੋਈ? ਰਹਿਣ ਵਾਲੇ ਗੰਨਾ ਪਿੰਡ ਦੇ ਸੀ। ਅੱਛਾ ਜੀ। ਸਰ ਕੋਈ ਉਮਰ ਜਾਂ ਕੋਈ ਨਾਮ ਉਹਨਾਂ ਦਾ ਕੁਛ? ਉਮਰ ਬੱਚੇ ਦੀ ਤਕਰੀਬਨ 2 ਸਾਲ ਦੀ ਉਮਰ ਸੀ। ਅੱਛਾ ਜੀ। ਲੇਡੀ ਦੀ 22-23 ਸਾਲ ਦੀ ਉਮਰ ਸੀ। ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ, ਸਰ ਕੀ ਮਾਮਲਾ ਸਾਰਾ? ਇਹ ਸਾਨੂੰ ਅੱਜ ਬਜ਼ੁਰਗੀਆ ਫੋਨ ਇਤਲਾਹ ਮਿਲੀ ਸੀ ਕਿ ਪਿੰਡ ਖਾਨਪੁਰ ਦੇ ਲਾਗੇ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਐਕਸੀਡੈਂਟ ਹੋਇਆ। ਜੋ ਅਸੀਂ ਮੌਕੇ 'ਤੇ ਪੁੱਜੇ ਸੀ, ਉੱਥੇ ਕੁਝ ਪਤਾ ਲੱਗਾ ਵੀ ਜਿਹੜੀ ਇੱਕ ਜੋਤੀ ਪਤਨੀ ਵਿਨੋਦ ਕੁਮਾਰ ਵਾਸੀ ਗੰਨਾ ਪਿੰਡ, ਇਹਦੀ ਮੌਕੇ 'ਤੇ ਡੈਥ ਹੋ ਗਈ ਹੈ। ਇਹਨਾਂ ਦਾ ਇੱਕ ਛੋਟਾ ਬੱਚਾ ਸੀਗਾ 2 ਸਾਲ ਦਾ, ਕਰੀਬ ਗੁਰਪ੍ਰੀਤ ਸਿੰਘ, ਉਹਦੀ ਸਿਵਲ ਹਸਪਤਾਲ ਫਲੌਰ ਆ ਕੇ ਡੈਥ ਹੋਈ ਹੈ। ਅਤੇ ਜਿਹੜਾ ਵਿਨੋਦ ਕੁਮਾਰ ਆ ਉਹ ਅਜੇ ਜੇਰੇ ਇਲਾਜ ਆ। ਵਿਨੋਦ ਕੁਮਾਰ ਦੇ ਬਿਆਨ ਹਾਸਲ ਕਰਕੇ ਜਿਹੜੀ ਵੀ ਗੱਡੀ ਦੇ ਬਾਬ ਤੋਂ ਲਿਖਾਉਣਗੇ ਉਹ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ। ਨਵਾਂ ਸ਼ਹਿਰ ਤੋਂ ਪੱਤਰਕਾਰ ਸੁਖਦੇਵ ਸਿੰਘ ਦੀ ਰਿਪੋਰਟ।